ਸਤਿ ਸ਼੍ਰੀ ਅਕਾਲ ਫਰੈਂਡਸ, ਮੈਂ ਮਨਜੀਤ ਕੌਰ ਸਵਾਗਤ ਕਰਦੀ ਹਾਂ ਤੁਹਾਡਾ ਸਾਰਿਆਂ ਦਾ ਪੰਜਾਬੀ ਕੁਕਿੰਗ ਚੈਨਲ ਦੇ ਵਿੱਚ। ਅੱਜ ਦੀ ਜਿਹੜੀ ਵੀਡੀਓ ਆ, ਇਹਦੇ ਵਿੱਚ ਆਪਾਂ ਲੂਣ ਵਾਲੇ ਜਿਹੜੇ ਚੌਲ ਆ ਉਹ ਬਣਾ ਕੇ ਤਿਆਰ ਕਰਨੇ ਆ। ਤੇ ਅਰਸ਼ਪ੍ਰੀਤ ਕੌਰ ਜੀ ਨੇ, ਜਿਨ੍ਹਾਂ ਨੇ ਕਿਹਾ ਸੀ ਕਿ ਲੂਣ ਵਾਲੇ ਚਾਵਲ ਬਣਾ ਕੇ ਦਿਖਾਓ, ਰਮਨਦੀਪ ਕੌਰ ਗਿੱਲ ਤੇ ਜਿਹੜੇ ਪਰਮਿੰਦਰ ਕੌਰ ਜੀ ਸੀ, ਇਹਨਾਂ ਨੇ ਕਿਹਾ ਸੀ ਕਿ ਕੁੱਕਰ ਵਿੱਚ ਬਣਾ ਕੇ ਦਿਖਾਓ। ਤੇ ਅੱਜ ਜਿਹੜੇ ਚੌਲ ਆਪਾਂ ਕੁੱਕਰ ਵਿੱਚ ਬਣਾਵਾਂਗੇ, ਤੇ ਜੇ ਤੁਸੀਂ ਲੂਣ ਵਾਲੇ ਬਣਾਉਣੇ ਆ ਜਾਂ ਕੜਾਹੀ 'ਚ ਬਣਾਉਣਾ ਚਾਹੁੰਦੇ ਹੋ ਤਾਂ ਸੇਮ ਇਸੇ ਤਰੀਕੇ ਦੇ ਨਾਲ ਹੀ ਉਹ ਚੌਲ ਬਣਾਏ ਜਾਂਦੇ ਆ। ਤੇ ਜੋ ਜੋ ਇਹਨਾਂ ਨੂੰ ਆਪਾਂ ਬਣਾਉਣ ਲਈ ਲਿਆ ਆ ਉਹਨਾਂ ਨੂੰ ਦੇਖ ਲੈਂਦੇ ਇੱਕ ਵਾਰ। ਨਮਕ ਵਾਲੇ ਜਿਹੜੇ ਚੌਲ ਹੁੰਦੇ ਆ ਉਹ ਆਪਾਂ ਬਿਲਕੁਲ ਸਿੰਪਲ ਵੀ ਬਣਾ ਸਕਦੇ ਆ, ਪਰ ਆਪਾਂ ਇਹਦੇ ਵਿੱਚ ਥੋੜੀਆਂ ਸਬਜ਼ੀਆਂ ਜਿਹੜੀਆਂ ਪਾਵਾਂਗੇ ਉਹਦੇ ਨਾਲ ਕੀ ਆ ਕਿ ਜਿਹੜੇ ਲੂਣ ਚਾਵਲ ਹੁੰਦੇ ਆ ਇਹ ਮਤਲਬ ਉਹਨਾਂ ਦਾ ਸਵਾਦ ਜਿਹੜਾ ਜ਼ਿਆਦਾ ਵਧੀਆ ਹੋ ਜਾਂਦਾ ਆ। ਇਹਦੇ ਲਈ ਆਪਾਂ ਇੱਕ ਗਲਾਸ ਚੌਲ ਲਏ ਆ, ਇਸ ਗਲਾਸ ਦੇ ਨਾਲ ਮੈਂ ਚੌਲ ਨਾਪੇ ਆ। ਤੇ ਚੌਲਾਂ ਨੂੰ ਆਪਾਂ 15-20 ਮਿੰਟ ਪਹਿਲਾਂ ਚੰਗੇ ਤਰੀਕੇ ਦੇ ਨਾਲ ਪਾਣੀ ਨਾਲ ਧੋ ਕੇ ਤੇ ਇਹਨੂੰ ਭਿਓ ਕੇ ਰੱਖ ਦਿੱਤਾ ਸੀ, ਤੇ ਹੁਣ ਮੈਂ ਇਹਨਾਂ ਦਾ ਜਿਹੜਾ ਪਾਣੀ ਆ ਵਿੱਚ ਉਹ ਕੱਢ ਦਿੱਤਾ ਆ। ਥੋੜੇ ਜਿਹੇ ਆਪਾਂ ਸਾਬਤ ਮਸਾਲੇ ਪਾਵਾਂਗੇ, 2 ਤੇਜ ਪੱਤਾ ਆ, 5-6 ਲੌਂਗ, 10-12 ਕਾਲੀਆਂ ਮਿਰਚਾਂ ਤੇ 1 ਚਮਚਾ ਜਿਹੜਾ ਆ ਜੀਰੇ ਦਾ ਪਾਣਾ ਆ ਆਪਾਂ। ਅਦਰਕ ਤੇ ਹਰੀ ਮਿਰਚ ਜਿਹੜੀ ਆ ਉਹ ਵੀ ਪਾਵਾਂਗੇ ਆਪਾਂ। ਹਰੀ ਮਿਰਚ ਪਾਉਣ ਤੇ ਅਦਰਕ ਪਾਉਣ ਨਾਲ ਬਹੁਤ ਵਧੀਆ ਸਵਾਦ ਆਊਗਾ। 1 ਟਮਾਟਰ ਲਿਆ ਆ ਤੇ ਥੋੜੇ ਜਿਹੇ ਹਰੇ ਮਟਰ ਨੇ, 1 ਆਲੂ ਲਿਆ ਆ। ਆਲੂ ਕੱਟ ਕੇ ਆਪਾਂ ਪਾਣੀ 'ਚ ਭਿਓਤੇ ਸੀ ਤਾਂ ਕਿ ਆਲੂ ਜਿਹੜੇ ਆ ਸਾਡੇ ਕਾਲੇ ਨਾ ਹੋਣ। 1 ਪਿਆਜ਼ ਵੱਡੇ ਸਾਈਜ਼ ਦਾ, 1 ਗਾਜਰਾ, ਗੋਭੀ ਤੇ ਆਪਾਂ ਥੋੜੇ ਜਿਹੜੇ 8-10 ਕੇ ਕਾਜੂ ਲਏ ਆ, ਉਹਨਾਂ ਨੂੰ ਆਪਾਂ ਇਹਦਾ ਵਿੱਚੋਂ ਦੀ ਤੇ ਇਹਦਾ ਤੋੜ ਲਿਆ ਆ। ਤੇ ਜਿਹੜੀਆਂ ਸਬਜ਼ੀਆਂ ਆ ਇਹ ਤੁਸੀਂ ਆਪਣੇ ਪਸੰਦ ਦੇ ਹਿਸਾਬ ਨਾਲ ਪਾ ਸਕਦੇ ਹੋ, ਤਾਂ ਜਾਂ ਤੁਸੀਂ ਬਿਨਾਂ ਸਬਜ਼ੀਆਂ ਤੋਂ ਵੀ ਇਹਨਾਂ ਨੂੰ ਬਣਾ ਸਕਦੇ ਹੋ। ਹੁਣ ਆਪਾਂ ਇਹਦੇ ਲਈ ਜਿਹੜਾ ਤੜਕਾ ਲਾਉਣਾ ਸ਼ੁਰੂ ਕਰਦੇ ਹਾਂ। ਕੁੱਕਰ ਜਿਹੜਾ ਆ ਆਪਾਂ ਚੌਲ ਜਿਹੜੇ ਕੁੱਕਰ ਦੇ ਵਿੱਚ ਬਣਾਉਣੇ ਆ, ਤੇ ਕੁੱਕਰ ਆਪਾਂ ਰੱਖ ਦਿੱਤਾ ਹੈ ਗਰਮ ਹੋਣ ਲਈ। ਤੇ ਹੁਣ ਆਪਾਂ ਇਹਦੇ ਵਿੱਚ 1 ਕੜਛੀ ਜਿਹੜੀ ਆ ਤੇਲ ਦੀ ਪਾਣੀ ਆ, ਤੇ ਇਹਨੂੰ ਆਪਾਂ ਪਹਿਲਾਂ ਥੋੜਾ ਜਿਹਾ ਗਰਮ ਕਰ ਲੈਣਾ ਹੈ। ਤੇਲ ਸਾਡਾ ਗਰਮ ਹੋ ਗਿਆ, ਹੁਣ ਇਹਦੇ ਵਿੱਚ ਜਿਹੜੇ ਆਪਾਂ ਸਾਬਤ ਮਸਾਲੇ ਲਏ ਆ ਇਹ ਸਾਰੇ ਆਪਾਂ ਇਹਦੇ ਵਿੱਚ ਪਾ ਦੇਣੇ ਆ। ਥੋੜਾ ਜਿਹਾ ਆਪਾਂ ਇਹਨਾਂ ਨੂੰ ਭੁੰਨਣਾ ਆ, ਤੇ ਨਾਲ ਹੀ ਹੁਣ ਆਪਾਂ ਜਿਹੜੀਆਂ ਆਪਣੀਆਂ ਕਾਜੂ ਲਏ ਆਪਾਂ ਇਹ ਵੀ ਪਾ ਦੇਣੇ ਆ। ਕਾਜੂ ਪਾ ਕੇ ਜਿਹੜੀਆਂ ਆਪਾਂ ਸਬਜ਼ੀਆਂ ਲਈਆਂ ਆ ਇਹ ਆਪਾਂ ਸਬਜ਼ੀਆਂ ਹੁਣ ਇਹਦੇ ਵਿੱਚ ਪਾ ਦੇਣੀਆਂ ਨੇ। ਪਿਆਜ਼ ਜਿਹੜੇ ਆਪਾਂ ਪਿਆਜ਼ ਨਹੀਂ ਹਲੇ ਪਾਉਣੇ, ਪਿਆਜ਼ ਆਪਾਂ ਬਾਅਦ 'ਚ ਪਾਵਾਂਗੇ। ਹਰੀ ਮਿਰਚ ਤੇ ਅਦਰਕ ਇਹ ਵੀ ਪਾ ਲਾਂਗੇ ਨਾਲ। ਇਹਨਾਂ ਨੂੰ ਆਪਾਂ 2-3 ਮਿੰਟ ਵਾਸਤੇ ਭੁੰਨ ਲੈਣਾ ਹੈ। ਤਿੰਨ ਕੁ ਮਿੰਟ ਤੱਕ ਆਪਾਂ ਇਹਨੂੰ ਚੰਗੀ ਤਰ੍ਹਾਂ ਭੁੰਨ ਲਿਆ ਆ। ਹੁਣ ਆਪਾਂ ਇਹਦੇ ਵਿੱਚ ਪਾ ਦੇਣੇ ਆ ਪਿਆਜ਼। ਪਿਆਜ਼ ਕਿਉਂਕਿ ਆਪਾਂ ਬਹੁਤ ਜ਼ਿਆਦਾ ਨਹੀਂ ਭੁੰਨਣੇ, ਇਸ ਕਰਕੇ ਆਪਾਂ ਪਿਆਜ਼ ਬਾਅਦ 'ਚ ਹੀ ਪਾਏ ਆ। ਅਤੇ ਜਿਹੜੇ ਹਰੇ ਮਟਰ ਆ ਇਹ ਵੀ ਛੇਤੀ ਗਲ ਜਾਂਦੇ ਆ, ਇਹ ਵੀ ਪਾ ਦਾਂਗੇ, ਅਤੇ ਨਾਲ ਹੀ ਟਮਾਟਰ ਵੀ ਪਾ ਦਾਂਗੇ। ਹੁਣ ਆਪਾਂ ਇਹਨਾਂ ਨੂੰ 2 ਕੁ ਮਿੰਟ ਵਾਸਤੇ ਫਿਰ ਭੁੰਨ ਲੈਣਾ। ਦੋ ਮਿੰਟ ਤੱਕ ਆਪਾਂ ਇਹਨਾਂ ਨੂੰ ਭੁੰਨ ਲਿਆ ਆ, ਤੇ ਹੁਣ ਆਪਾਂ ਇਹਦੇ ਵਿੱਚ ਲੂਣ ਪਾ ਦੇਣਾ ਹੈ। ਲੂਣ ਜਿਹੜਾ ਆ ਤੁਸੀਂ ਆਪਣੇ ਸਵਾਦ ਦੇ ਹਿਸਾਬ ਨਾਲ ਪਾਉਣਾ ਹੈ, ਤੇ ਆਪਾਂ ਇਹਦੇ ਵਿੱਚ 1 ਚਮਚੇ ਤੋਂ ਥੋੜ੍ਹਾ ਜਿਹਾ ਜ਼ਿਆਦਾ ਲੂਣ ਪਾਵਾਂਗੇ ਕਿਉਂਕਿ ਸਬਜ਼ੀਆਂ ਵੀ ਪਾਈਆਂ ਹੋਈਆਂ ਹੈ, ਅਤੇ ਬਾਕੀ ਤੁਸੀਂ ਆਪਣੇ ਸਵਾਦ ਦੇ ਹਿਸਾਬ ਨਾਲ ਪਾਉਣਾ ਹੈ। ਅਤੇ 1/2 ਚਮਚਾ ਜਿਹੜਾ ਆਪਾਂ ਗਰਮ ਮਸਾਲੇ ਦਾ ਪਾਉਣਾ ਹੈ, ਹਰੀਆਂ ਮਿਰਚਾਂ ਪਾਈਆਂ ਜਾਂ ਲਾਲ ਮਿਰਚ ਪਾਉਣ ਦੀ ਲੋੜ ਨਹੀਂ, ਹਲਦੀ ਜੇ ਤੁਸੀਂ ਚਾਹੋ ਪਾਉਣਾ ਤਾਂ ਪਾ ਸਕਦੇ। ਮਿਲਾ ਲਵਾਂਗੇ ਆਪਾਂ ਇੱਕ ਵਾਰੀ ਇਹਨਾਂ ਨੂੰ ਚੰਗੀ ਤਰ੍ਹਾਂ। ਮਿਲਾਉਣ ਤੋਂ ਬਾਅਦ ਹੁਣ ਆਪਾਂ ਇਹਦੇ ਵਿੱਚ ਪਾਣੀ ਪਾਉਣਾ ਹੈ। ਆਪਾਂ 1 ਗਲਾਸ ਚੌਲ ਲਏ ਆ, ਆਪਾਂ 1 ਗਲਾਸ ਚੌਲ ਲਏ ਸੀ, ਤਾਂ ਹੁਣ ਆਪਾਂ ਇਹਦੇ ਵਿੱਚ 1.5-2 ਗਲਾਸ ਜਿਹੜੇ ਪਾਣੀ ਦੇ ਪਾਉਣੇ ਆ। ਤੇ ਵੈਸੇ ਤਾਂ ਆਪਾਂ ਇਹਦੇ ਵਿੱਚ 1.5 ਗਲਾਸ ਸਾਨੂੰ ਪਾਉਣਾ ਚਾਹੀਦਾ, 1.5-2 ਗਲਾਸ ਆਪਾਂ ਤਾਂ ਪਾਉਣੇ ਆ ਕਿਉਂਕਿ ਆਪਾਂ ਇਹਦੇ ਵਿੱਚ ਸਬਜ਼ੀਆਂ ਪਾਈਆਂ ਹੋਈਆਂ ਆ, ਤੇ ਇਸ ਕਰਕੇ। ਜੇ ਤੁਸੀਂ ਕਈ ਵਾਰੀ ਕੀ ਹੁੰਦਾ ਆ ਕਿ ਆਪਾਂ ਨੂੰ ਚੌਲ ਬਣਾਉਣ ਦੀ ਜਲਦੀ ਹੁੰਦੀ ਆ, ਤੇ ਆਪਾਂ ਨਾਲ ਦੀ ਨਾਲ ਚੌਲਾਂ ਨੂੰ ਆਪਾਂ ਧੋਨੇ ਆ ਤੇ ਉਸੇ ਟਾਈਮ ਹੀ ਆਪਾਂ ਬਣਾ ਲੈਂਦੇ ਆ, ਉਦੋਂ ਤੁਸੀਂ ਕੀ ਕਰਨਾ, ਜੇ 1 ਗਲਾਸ ਚੌਲ ਲਏ ਆ ਤਾਂ 2 ਗਲਾਸ ਤੁਸੀਂ ਪਾਣੀ ਦੇ ਪਾਉਣੇ ਆ। ਜੇ ਤੁਸੀਂ 15-20 ਮਿੰਟ ਪਹਿਲਾਂ ਚੌਲਾਂ ਨੂੰ ਭਿਓ ਕੇ ਰੱਖ ਲੈਂਦੇ ਹੋ ਤਾਂ ਤੁਸੀਂ 1.5 ਗੁਣਾ ਪਾਣੀ ਪਾਉਣਾ ਆ,
ਤੇ ਜੇ ਤੁਸੀਂ ਨਾਲ ਦੀ ਨਾਲ ਹੀ ਧੋਤੇ ਤੇ ਉਸੇ ਟਾਈਮ ਚੌਲ ਬਣਾਏ ਆ ਫਿਰ ਤੁਸੀਂ ਡਬਲ ਪਾਣੀ ਪਾਉਣਾ ਹੈ। ਹੁਣ ਆਪਾਂ ਇਹਦੇ ਵਿੱਚ ਸਬਜ਼ੀਆਂ ਪਾਈ ਸੀ ਤਾਂ ਆਪਾਂ ਅੱਧੇ ਗਲਾਸ ਤੋਂ ਥੋੜਾ ਜਿਹਾ ਵੱਧ ਪਾਣੀ ਪਾਇਆ ਆ। ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਹਿਲਾ ਦੇਣਾ ਹੈ ਤੇ ਪਾਣੀ ਦੇ ਵਿੱਚ ਨੂੰ ਆਪਾਂ ਪਾਣੀ ਨੂੰ ਉਬਲਣ ਦੇਵਾਂਗੇ। ਜਦੋਂ ਪਾਣੀ ਸਾਡਾ ਉਬਲਣ ਲੱਗ ਜੂਗਾ ਉਦੋਂ ਆਪਾਂ ਇਹਦੇ ਵਿੱਚ ਚੌਲ ਪਾਵਾਂਗੇ। ਪਾਣੀ ਜਿਹੜਾ ਸਾਡਾ ਉਬਲਣ ਲੱਗ ਗਿਆ ਹੁਣ ਆਪਾਂ ਇਹਦੇ ਵਿੱਚ ਚੌਲ ਪਾਉਣੇ। ਹਿਲਾ ਦੇਣਾ ਆਪਾਂ ਚੌਲਾਂ ਨੂੰ ਚੰਗੀ ਤਰ੍ਹਾਂ। ਇਹ ਕੁੱਕਰ ਦਾ ਢੱਕਣ ਬੰਦ ਕਰਕੇ ਆਪਾਂ ਦੋ ਸੀਟੀਆਂ ਇਹਨੂੰ ਮਰਵਾਉਣੀਆਂ ਆ ਤੇ ਇਹਨੂੰ ਸੀਟੀ ਲੱਗਣ ਦੇਵਾਂਗੇ। ਦੋ ਸੀਟੀਆਂ ਜਿਹੜੀਆਂ ਆ ਗਈਆਂ ਆ ਤੇ ਹੁਣ ਆਪਾਂ ਕੁੱਕਰ ਨੂੰ ਥੱਲੇ ਤਾਰ ਲੈਣਾ ਆ। ਹੁਣ ਇਹਦੀ ਜਿਹੜੀ ਭਾਫ ਆ ਉਹ ਆਪਾਂ ਕੱਢਣੀ ਨਹੀਂ, ਆਪਣੇ ਆਪ ਇਹਨੂੰ ਠੰਡਾ ਹੋਣ ਦੇਣਾ ਆ। ਜਦੋਂ ਕੁੱਕਰ 15 ਕੁ ਮਿੰਟ ਲੱਗਦੇ ਆ ਠੰਡਾ ਹੋਣ ਨੂੰ ਤੇ ਜਦੋਂ ਇਹ ਠੰਡਾ ਹੋ ਜੂਗਾ ਉਸ ਤੋਂ ਬਾਅਦ ਆਪਾਂ ਇਹਦਾ ਢੱਕਣ ਖੋਲ ਕੇ ਚੈੱਕ ਕਰਾਂਗੇ। 15 ਮਿੰਟ ਹੋ ਗਏ ਆ ਕੁੱਕਰ ਨੂੰ ਤੇ ਹੁਣ ਆਪਾਂ ਇਹਦਾ ਢੱਕਣ ਖੋਲ ਕੇ ਚੈੱਕ ਕਰ ਲੈਣਾ ਆ। ਚੌਲ ਜਿਹੜੇ ਆ ਸਾਡੇ ਬਿਲਕੁਲ ਬਣ ਕੇ ਤਿਆਰ ਨੇ ਤੇ ਇਹਨਾਂ ਨੂੰ ਆਪਾਂ ਥੋੜਾ ਜਿਹਾ ਇਹਦਾ ਹਿਲਾਵਾਂਗੇ ਤੇ ਬਿਲਕੁਲ ਕੱਲੇ ਕੱਲੇ ਚੌਲ ਜਿਹੜੇ ਸਾਡੇ ਬਣ ਕੇ ਤਿਆਰ ਹੋਏ ਆ ਤੇ ਇਹਨਾਂ ਨੂੰ ਆਪਾਂ ਪਲੇਟ ਚ ਕੱਢ ਲੈਣਾ ਆ। ਚੌਲ ਤੁਸੀਂ ਦੇਖ ਸਕਦੇ ਹੋ ਬਿਲਕੁਲ ਵੀ ਨਾਲ ਜੁੜੇ ਨਹੀਂ ਹੈਗੇ ਤੇ ਬਿਲਕੁਲ ਕੱਲਾ ਕੱਲਾ ਚੌਲ ਜਿਹੜਾ ਬਣ ਕੇ ਤਿਆਰ ਹੋਇਆ ਹੈ। ਕੁੱਕਰ ਦੇ ਵਿੱਚ ਜਿਹੜੇ ਨਮਕੀਨ ਚਾਵਲ ਆ ਸਾਡੇ ਬਣ ਕੇ ਤਿਆਰ ਹੋ ਗਏ ਆ। ਬਹੁਤ ਹੀ ਵਧੀਆ ਚਾਵਲ ਜਿਹੜੇ ਚੌਲ ਬਣ ਕੇ ਸਾਡੇ ਤਿਆਰ ਹੋਏ ਆ। ਤੁਸੀਂ ਇਸੇ ਤਰੀਕੇ ਦੇ ਨਾਲ ਇਹਨਾਂ ਨੂੰ ਬਣਾਉਣਾ ਆ। ਬਸ ਧਿਆਨ ਇਸ ਗੱਲ ਦਾ ਰੱਖਣਾ ਆ ਕਿ ਜੇ ਤੁਸੀਂ ਚੌਲਾਂ ਨੂੰ 15-20 ਮਿੰਟ ਪਹਿਲਾਂ ਪਾਣੀ ਦੇ ਵਿੱਚ ਭਿਓ ਕੇ ਰੱਖਿਆ ਆ ਤੇ ਤੁਸੀਂ ਉਹਨਾਂ ਦੇ ਵਿੱਚ ਕੋਈ ਸਬਜ਼ੀਆਂ ਨਹੀਂ ਪਾਈਆਂ, ਸਿਰਫ ਕੱਲੇ ਚੌਲ ਹੀ ਬਣਾਉਂਦੇ ਪਏ ਹੋ, ਤਾਂ ਫਿਰ ਤੁਸੀਂ 1 ਗਲਾਸ ਚੌਲ ਦੇ ਵਿੱਚ 1.5 ਗਲਾਸ ਪਾਣੀ ਦਾ ਪਾਉਣਾ ਆ। ਜੇ ਤੁਸੀਂ ਇਸੇ ਤਰੀਕੇ ਦੇ ਨਾਲ ਜਿੱਦਾਂ ਆਪਾਂ ਕਾਫੀ ਸਬਜ਼ੀਆਂ ਪਾ ਕੇ ਬਣਾਏ ਆ ਫਿਰ ਤੁਸੀਂ 1.25 ਗਲਾਸ ਪਾਣੀ ਦੇ ਪਾਉਣੇ ਆ। ਤੇ ਜੇ ਤੁਸੀਂ ਐਟ ਏ ਟਾਈਮ ਜਿੱਦਾਂ ਆਪਾਂ ਚੌਲਾਂ ਨੂੰ ਭਿਓਇਆ ਤੇ ਨਾਲ ਦੀ ਨਾਲ ਹੀ ਆਪਾਂ ਬਣਾਇਆ ਤਾਂ ਫਿਰ ਤੁਸੀਂ 1 ਗਲਾਸ ਨਾਲ 2 ਗਲਾਸ ਜਿਹੜੇ ਪਾਣੀ ਦੇ ਪਾ ਲੈਣੇ ਆ। ਤੇ ਦੂਸਰੀ ਗੱਲ ਇੱਕ ਹੋਰ ਆ ਕਿ ਜੇ ਤੁਸੀਂ ਜਿੱਦਾਂ ਇਹ ਆਪਾਂ ਬਾਸਮਤੀ ਚਾਵਲ ਲਏ ਸੀ ਤੇ ਇਸ ਕਰਕੇ ਆਪਾਂ ਇਹਨਾਂ ਨੂੰ 2 ਸੀਟੀਆਂ ਮਰਵਾਈਆਂ ਹੈ ਤੇ ਕਈ ਵਾਰੀ ਕੀ ਹੁੰਦਾ ਕਿ ਆਪਾਂ ਘਰ ਦੇ ਵਿੱਚ ਜਿਹੜੇ ਟੋਟਾ ਚੌਲ ਹੁੰਦੇ ਆ ਉਹ ਵੀ ਆਪਾਂ ਬਣਾਉਂਦੇ ਹਾਂ। ਜੇ ਤੁਸੀਂ ਟੋਟਾ ਚੌਲ ਬਣਾਉਂਦੇ ਹੋ ਤਾਂ ਫਿਰ ਤੁਸੀਂ 1 ਸੀਟੀ ਮਰਵਾਉਣੀ ਆ। ਇਸੇ ਤਰੀਕੇ ਨਾਲ ਇਹਨੂੰ ਬਣਾਇਓ ਤੇ ਖਾਇਓ। ਜੇ ਅੱਜ ਦੀ ਵੀਡੀਓ ਤੁਹਾਨੂੰ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ, ਸ਼ੇਅਰ ਕਰਿਆ ਕਰੋ ਹਰ ਇੱਕ ਵੀਡੀਓ ਨੂੰ ਫੈਮਿਲੀ ਔਰ ਫਰੈਂਡ ਦੇ ਨਾਲ। ਵੀਡੀਓ ਕਿਵੇਂ ਦੀ ਲੱਗੀ ਇਹ ਕਮੈਂਟ ਕਰਕੇ ਜ਼ਰੂਰ ਦੱਸਿਓ ਮੈਨੂੰ। ਚੈਨਲ ਨਾਲ ਜੁੜੋ, ਚੈਨਲ ਨੂੰ ਸਪੋਰਟ ਕਰੋ। ਤੁਹਾਡੇ ਸਾਰਿਆਂ ਦੀ ਸਪੋਰਟ ਨਾਲ ਹੀ ਚੈਨਲ ਨੇ ਅੱਗੇ ਜਾਣਾ ਹੈ। ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ।